ਅਸਾਂ ਮਨ ਨੂੰ ਚਾਹ ਕੇ ਕੀ ਆ ਗਿਆ ਤੇ ਬੰਦਾ ਨਿਕਲ ਲੱਗਦਾ ਦੇਖੋ ਕੀ ਹੁੰਦਾ ਜਾਵਾ ਹਵਾ ਦੇ ਨਾਲੋਂ ਮੈਂ ਆਪਣੇ ਵਾਅਦੇ ਦਿੱਤੀ ਮੈਂ ਕਿਹਾ ਵੇਖ ਲੈ ਯਾਰ ਆਪਣੀ ਅਸ਼ੋਕ ਨੂੰ ਜੀਰਾ ਵੀ ਲੱਗਦੀ ਮੈਂ ਤੈਨੂੰ ਗੋਲੀ ਮਾਰ ਦੇਣੀ ਆ ਅਸਮੀਨਾ ਚਲੋ ਇੱਧਰ ਇੱਕ ਬੰਦਾ ਮਾਰ ਦਿੱਤਾ ਮੈਨੂੰ ਕਿਲ ਦੇ ਕੇ ਅਸੀਂ ਨਿਕਲ ਹੁਣ ਇਹਦੇ ਵੇਖੋ ਇੱਥੇ ਛੱਤ ਦੇ ਉੱਤੇ ਗੌਰ ਨਾ ਚੈੱਕ ਕਰਿਓ ਕੋਈ ਬੰਦਾ ਪਰਿੰਦਾ ਨਹੀਂ ਹੈਗਾ ਲੇਕਿਨ ਜਿਵੇਂ ਲੈਂਡਿੰਗ ਕਰਨਾ ਵਾ ਮੈਂ ਥੋੜ੍ਹਾ ਜਿਹਾ ਆਪਣੇ ਆਪ ਨੂੰ ਮੈਗਜ਼ੀਨ ਵਗੈਰਾ ਰਿਪੇਅਰ ਕਰਨਾ ਵਾ ਪੁਰਾਣਾ ਜਿਹਾ ਸਭ ਕੁਝ ਸੇਵ ਕਰਨਾ ਤੇਰੇ ਲਈ ਰੱਖਿਆ ਵੈਪਨ ਨਹੀਂ ਮੈਂ ਭਰ ਕੇ ਕੰਮ ਕਰਕੇ ਨਾ ਫਿਰ ਅੱਗੇ ਇੱਥੇ ਟੂ ਵਰਸਿਸ ਵਨ ਹੋ ਜਾਂਦਾ ਬੰਦਾ ਮਾਰ ਕੇ ਲੂਟ ਛੂਟ ਕਰ ਰਹੀ ਸੀ ਲੂਟ ਕਰਕੇ ਮੈਂ ਆਪਣੀ ਟੀਮ ਨੂੰ ਕਹਿੰਦਾ ਚੱਲ ਯਾਰ ਚੱਲੀਏ ਦੇਖ ਵੜੀਂਦੀ ਪਈ ਆ ਨਾਲੇ ਦੇਖ ਦੂ ਖਾ ਕੇ ਆਉਂਦੇ ਅਤੇ ਨਾਲੇ ਸਭ ਕੁਛ ਮਤਲਬ ਕਿ ਚੱਸ ਲੈ ਕੇ ਆਉਂਦੇ ਅਤੇ ਜਿਵੇਂ ਮੈਂ ਟੀਮ ਮੇਟ ਗੱਡੀ ਬਹਿੰਦਾ ਗੱਡੀ ਹਵਾਵਾਂ ਗੱਲਾਂ ਕਰਦੇ ਹਾਂ ਸ਼ੂਟਰ ਜਾ ਰਹੀ ਹੁੰਦੀ ਬੜਾ ਚੱਸ ਮਾਹੌਲ ਹੁੰਦੀ ਚੱਸ ਮਾਹੌਲ ਹੁੰਦਾ ਮੋੜਾ ਮਾਹੌਲ ਚੱਸ ਹੁੰਦਾ ਸਾਹਮਣੇ ਜਿਵੇਂ ਦੇ ਪੱਕੀ ਹੁੰਦੀ ਸਾਹਮਣੇ ਜਿਵੇਂ ਜਾਂਦਾ ਇੱਕ ਬੰਦਾ ਐਨਾ ਕੁੰਡਾ ਬਣਿਆ ਹੁੰਦਾ ਅਤੇ ਸਾਡਾ ਇੰਤਜ਼ਾਰ ਹੀ ਕਰਦਾ ਇੰਤਜ਼ਾਰ ਖਤਮ ਹੁੰਦਾ ਜਿਹਨਾਂ ਨੂੰ ਅਸੀਂ ਅੱਛੀ ਤਰ੍ਹਾਂ ਠੰਡਾ ਕਰਕੇ ਕਿਲੀ ਕਿਲੀ ਕਰਕੇ ਹੁਣ ਅੱਗੇ ਵੱਧ ਦੀ ਕੋਸ਼ਿਸ਼ ਕਰ ਰਹੇ ਅੱਗੇ ਇੱਕ ਬੰਦਾ ਸਾਡਾ ਇੰਤਜ਼ਾਰ ਕਰਦਾ ਹੁੰਦਾ ਹੁਣ ਇਹ ਬੰਦਾ ਸਾਹਮਣੇ ਘਰ ਅੰਦਰ ਵੜ ਜਾਂਦਾ ਉੱਥੇ ਮੈਂ ਟੀਮ ਮੀਟਿੰਗ ਵੜ ਜਾਂਦਾ ਇੱਕ ਬੰਦਾ ਪਿੱਛੋਂ ਮੈਨੂੰ ਨੋਕ ਕਰਨ ਦੀ ਕੋਸ਼ਿਸ਼ ਕਰਦਾ ਕਿ ਪਿੱਛੋਂ ਕਿਲ ਮੈਨੂੰ ਕਰਦਾ ਇਸ ਬੰਦੇ ਬਾਰੇ ਮੈਂ ਅੱਗੇ ਇਹ ਬੰਦਾ ਹੁੰਦਾ ਇਹਦਾ ਹਸ਼ਰਾ ਪਾ ਕੇ ਜਾ ਕੇ ਕਵਰ 'ਚ ਹੋ ਜਾਂਦਾ ਅਤੇ ਮੈਨੂੰ ਛੱਡ ਦਿੰਦਾ ਮੈਂ ਟੀਮ ਮੇਟ ਭੱਜ ਕੇ ਅੰਦਰ ਜਾਂਦਾ ਕਹਿੰਦਾ ਵੀ ਮੈਂ ਸੰਭਾਲ ਲਾਂ ਜਾ ਕੇ ਅੰਦਰ ਕੀ ਸਿਚੁਏਸ਼ਨ ਕੀ ਮਾਹੌਲ ਚੁਲ ਬਣਿਆ ਪਿਆ ਮੈਂ ਵੇਖਣਾ ਜਾ ਕੇ ਮੈਂ ਬਈ ਤੂੰ ਵੇਖ ਲੈ ਜਾ ਕੇ ਉਹ ਜਿਵੇਂ ਅੰਦਰ ਜਾਂਦਾ ਅੰਦਰ ਜਾ ਕੇ ਨੋਕ ਹੋ ਜਾਂਦਾ ਹੁਣ ਜਿਹੜਾ ਬੰਦਾ ਨੋਕ ਕਰਦਾ ਉਹਨੂੰ ਵੇਖੋ ਆਪਾਂ ਕੀ ਕਰ ਦੇਣਾ ਹਾਏ ਵਿਚਾਰਾ ਮਰਨ ਲੱਗਾ ਅਤੇ ਜਿਵੇਂ ਖਤਮ ਕਰਨਾ ਮਾਰ ਮੁੜ ਕੇ ਕਿਸੇ ਕਰਕੇ ਰਿਲੀਜ਼ ਜਿਹੜੀ ਹੁੰਦੀ ਉਹ ਕਰ ਕੁਰ ਕੇ ਜਿਹੜਾ ਬੰਦਾ ਮੈਨੂੰ ਉੱਥੇ ਟੈਂਸ਼ਨ ਦੇ ਰਿਹਾ ਪਿੱਛੋਂ ਲੱਗੇ ਨੋਕ ਕਰਨ ਦੀ ਕੋਸ਼ਿਸ਼ ਕਰਦਾ ਇੱਕ ਦਿਨ ਛੱਡ ਜਾਣਾ ਏ ਜਹਾਨ ਸੱਜਣਾ ਕੋਈ ਆਪਣਾ ਹੋਵੇ ਤੇ ਦੁੱਖ ਸੁੱਖ ਦੱਸੋ ਫਿਰ ਦੁਆਵਾਂ ਹੀ ਰਿਹਾ ਰੱਖਿਓ ਅਤੇ ਮਿਲਣੇ ਤੁਹਾਨੂੰ ਅਗਲੀ ਇੱਕ ਅੱਛੀ ਵੀਡੀਓ ਦੇ ਵਿੱਚ ਅਤੇ ਉਹਨਾਂ ਅੱਲਾ ਹਾਫਿਜ਼। ਜੈਸਾ ਬਿਹਤਰ ਲੱਗੇ ਵੈਸੇ ਸਮਝ ਲੈਣਾ ਇਹ ਮੇਰੀ ਬੇਬਸੀ ਕੇ ਆਖਰੀ ਅਲਫਾਜ਼ ਹੈ।